ਨਸੀਪੀ ਦੇ ਸੀਨੀਅਰ ਆਗੂ ਬਾਬਾ ਸਦੀਕੀ ਦੀ ਸ਼ਨੀਵਾਰ ਯਾਨੀ ਕਿ 13 ਅਕਤੂਬਰ ਨੂੰ ਦੇਰ ਰਾਤ ਮੁੰਬਈ ਦੇ ਵਿੱਚ ਗੋਲੀਬਾਰਕ ਕੇ ਹੱਤਿਆ ਕਰ ਦਿੱਤੀ ਗਈ ਸੀ ਹਮਲਾਵਰਾਂ ਨੇ ਬਾਬਾ ਨੂੰ ਉਦੋਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੇ ਵਿਧਾਇਕ ਪੁੱਤਰ ਜਸ਼ਾਨ ਸਦੀਕੀ ਦੇ ਦਫ਼ਤਰ ਤੋਂ ਬਾਹਰ ਆ ਰਿਹਾ ਸੀ ਬਾਬਾ ਸਦੀਕੀ ਦੇ ਕਤਲ ਤੋਂ ਫੜੇ ਗਏ ਸ਼ੂਟਰਾਂ ਤੋਂ ਕਈ ਅਹਿਮ ਖੁਲਾਸੇ ਹੋਏ ਨੇ ਜਿਹੜੇ ਇਸ ਕਤਲ ਮਾਮਲੇ 'ਚ ਫੜੇ ਗਏ ਸੀ ਜਿਸ ਦੇ ਵਿੱਚ ਜੇ ਗੱਲ ਕਰੀਏ ਤਾਂ ਉਹਨਾਂ ਦਾ ਕਤਲ ਕਿਵੇਂ ਕੀਤਾ ਕੌਣ ਉਸ ਵਿੱਚ ਸ਼ਾਮਲ ਸੀ ਤੇ ਕਿਹੜੇ ਇਸ ਵੇਲੇ ਫਰਾਰ ਨੇ ਹੁਣ ਫਿਰ ਅਜਿਹਾ ਖੁਲਾਸਾ ਹੋਇਆ ਜਿਸ ਦੇ ਨਾਲ ਸਭ ਹੈਰਾਨ ਨੇ ਕਿਉਂਕਿ ਇਸ ਤੋਂ ਪਹਿਲਾਂ ਅਜਿਹੀ ਵਰਤੋਂ ਕਦੇ ਨਹੀਂ ਕੀਤੀ ਗਈ ਕਿਉਂਕਿ ਬਾਬਾ ਸਦੀਕੀ ਦੇ ਕਤਲ ਨੂੰ ਅੰਜਾਮ ਦੇਣ ਦੇ ਲਈ ਸੋਸ਼ਲ ਮੀਡੀਆ ਦੇ ਕੁਝ ਐਪ ਦੇ ਫੀਚਰਾਂ ਦੀ ਵਰਤੋਂ ਕੀਤੀ ਗਈ ਤੇ ਜਿਸ ਤੋਂ ਸਭ ਹੈਰਾਨ ਹੋ ਗਏ ਨੇ ਮਹਾਰਾਸ਼ਟਰ ਦੇ ਵਿੱਚ ਐਨਸੀਪੀ ਨੇਤਾ ਬਾਬਾ ਸਦੀਕੀ ਦੇ ਕਤਲ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਹੋਰ ਵੱਡੇ ਖੁਲਾਸੇ ਹੋਏ ਨੇ ਮੁੰਬਈ ਪੁਲਿਸ ਕਾਤਲਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਇਸ ਦੇ ਨਾਲ ਹੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੌਲਦਮ ਇੰਸਟਾਗ੍ਰਾਮ ਅਤੇ ਸਨੇਪਚੈਟ ਦੇ ਰਾਹੀਂ ਆਪਸ ਵਿੱਚ ਗੱਲ ਕਰਦੇ ਸੀ ਤੇ ਕਤਲ ਦੀ ਯੋਜਨਾ ਬਣਾਉਂਦੇ ਸੀ। ਕਾਤਲਾਂ ਨੇ ਇੰਸਟਾਗ੍ਰਾਮ ਅਤੇ ਸਨੇਪਚੈਟ ਦੇ ਵਿਸ਼ੇਸ਼ ਫੀਚਰਸ ਦੀ ਵਰਤੋਂ ਕਰਕੇ ਇੱਕ ਦੂਜੇ ਨਾਲ ਗੱਲ ਕੀਤੀ ਤਾਂ ਜੋ ਕੋਈ ਵੀ ਗੱਲਬਾਤ ਦਾ ਡਾਟਾ ਆਸਾਨੀ ਨਾਲ ਪ੍ਰਾਪਤ ਨਾ ਕਰ ਸਕੇ। ਦਰਸਲ ਇੰਸਟਾਗ੍ਰਾਮ ਅਤੇ ਸਨੇਪਚੈਟ ਸਮੇਤ ਕਈ ਮੈਸੇਜਿੰਗ ਐਪਸ ਦੇ ਉੱਤੇ ਸੰਦੇਸ਼ ਭੇਜਣ ਤੋਂ ਬਾਅਦ ਲੋਕ ਇਸ ਨੂੰ ਆਸਾਨੀ ਨਾਲ ਐਡਿਟ ਜਾਂ ਡਿਲੀਟ ਕਰ ਸਕਦੇ ਨੇ। डिलीट फॉर एवरीवन ऑप्शन दी मदद दी दी दे नाल ਲੋਕ ਕਿਸੇ ਵੀ ਮੈਸੇਜ ਨੂੰ ਹਮੇਸ਼ਾ ਲਈ ਡਿਲੀਟ ਕਰ ਸਕਦੇ ਨੇ ਤੇ ਅਜਿਹੇ ਵਿੱਚ ਇਸ ਮੈਸੇਜ ਨੂੰ ਪੜਨ ਅਤੇ ਭੇਜਣ ਦੀ ਹਿਸਟਰੀ ਚੋਂ ਡਿਲੀਟ ਕਰ ਦਿੱਤਾ ਜਾਂਦਾ ਆ ਆਮ ਤੌਰ ਉਤੇ ਇਸ ਦੀ ਵਰਤੋਂ ਗਲਤ ਸੰਦੇਸ਼ ਭੇਜਣ ਜਾਂ ਮੈਸੇਜ ਵਿੱਚ 에ਰਰ ਹੋਣ ਦੇ ਉੱਤੇ ਕੀਤੀ ਜਾਂਦੀ ਆ ਪਰ ਬਾਬਾ صدیق ਦੇ ਕਾਤਲਾਂ ਨੇ ਇਸ ਫੀਚਰ ਦਾ ਗਲਤ ਇਸਤੇਮਾਲ ਕੀਤਾ ਅਤੇ ਹੱਤਿਆ ਦੀ ਪੂਰੀ ਸਾਜ਼ਿਸ਼ ਐਸੇ ਫੀਚਰ ਦੇ ਤਹਿਤ ਰਚੀ ਗਈ ਇੱਟਾ ਤਾਂ ਉਹਨੇ ਇਹ ਵੀ ਦੱਸ ਦਈਏ ਕਿ ਇੰਸਟਾਗ੍ਰਾਮ ਅਤੇ ਸਨੈਪਚੈਟ ਤੋਂ ਇਲਾਵਾ ਇਹ ਸਹੂਲਤ ਫੇਸਬੁੱਕ ਅਤੇ ਵਟਸਐਪ ਦੇ ਉੱਤੇ ਵੀ ਹੁਣ ਮਿਲ ਜਾਂਦੀ ਹੈ। ਆਮ ਤੌਰ ਤੇ ਇਸ ਦੀ ਵਰਤੋਂ ਕਾਫੀ ਬਿਹਤਰ ਮੰਨੀ ਜਾਂਦੀ ਹੈ ਪਰ ਕਰਾਇਮ ਦੇ ਵਿੱਚ ਇਸ ਫੀਚਰ ਦੀ ਵਰਤੋਂ ਕਰਨ ਦਾ ਪਹਿਲੀ ਵਾਰ ਇਹ ਮਾਮਲਾ ਸਾਹਮਣੇ ਆਇਆ। ਤੇ ਦੱਸ ਦਈਏ ਕਿ ਇਹ ਫੀਚਰ ਉਦੋਂ ਲਿਆਂਦਾ ਗਿਆ ਸੀ ਜਦੋਂ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਗਲਤੀ ਨਾਲ ਮੈਸੇਜ ਭੇਜਣ ਤੋਂ ਬਾਅਦ ਉਸ ਨੂੰ ਵਾਪਸ ਨਹੀਂ ਲੈ ਸਕਦੇ। ਤਾਂ ਐਸ ਸਥਿਤੀ ਵਿੱਚ ਲੋਕਾਂ ਨੂੰ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਤੇ ਯੂਜ਼ਰ ਦੀ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੈਟਾ ਅਤੇ ਹੋਰ ਮੈਸੇਜਿੰਗ ਐਪਸ ਨੇ ਇਸ ਫੀਚਰ ਦੇ ਵਿੱਚ ਬਦਲਾ ਕੀਤਾ ਤੇ ਇਸ ਫੀਚਰ ਨੂੰ ਲੈ ਕੇ ਆਂਦਾ ਜਿੱਥੇ ਐਵਰੀ ਵਨ ਜਿਹੜਾ ਡਿਲੀਟ ਉਸ ਨੂੰ ਕਰ ਸਕਦੇ ਸੀ ਤਾਂ ਇੱਥੇ ਦੱਸਣਾ ਇਹ ਵੀ ਬਣਦਾ ਜੇ ਦੇਖਿਆ ਜਾਵੇ ਤਾਂ ਬਾਬਾ ਸਦੀਕੀ ਦਾ ਕਤਲ ਕੁਝ ਫਿਲਮੀ ਅੰਦਾਜ਼ ਦੇ ਨਾਲ ਹੋਇਆ ਦਰਸਲ ਸ਼ਨੀਵਾਰ ਯਾਨੀ ਕਿ 13 ਅਕਤੂਬਰ ਦੀ ਰਾਤ ਤਿੰਨ ਸ਼ੂਟਰਾਂ ਦੇ ਵੱਲੋਂ ਬਾਬਾ ਸਦੀਕੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਘਟਨਾ ਦੌਰਾਨ ਹਮਲਾਵਰਾਂ ਨੇ ਸਦੀਕੀ ਦੀ ਸੁਰੱਖਿਆ ਲਈ ਜਿਹੜੇ ਤਾਇਨਾਤ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਉੱਤੇ ਮਿਰਚਾਂ ਦਾ ਪਾਊਡਰ ਸੁੱਟ ਦਿੱਤਾ ਤੇ ਦੁਰਗਾ ਨਗਰ ਕੀਰਤਨ ਚੱਲ ਰਿਹਾ ਸੀ ਉਹਦੇ ਰੋਲੇ ਵਿੱਚ ਆਰ ਦੇ ਜਿਹੜੀ ਰੋਲਾ ਸੀ ਉਹਦੀ ਆਰ ਦੇ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ ਸੀ ਤਾਂ ਜੋ ਆਲੇ ਦੁਆਲੇ ਦੇ ਲੋਕਾਂ ਜਿਹੜੇ ਮੌਜੂਦ ਸੀ ਉਹਨਾਂ ਨੂੰ ਪਤਾ ਹੀ ਨਾ ਲੱਗੇ ਐਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਤੇ ਇਸ ਕਤਲ ਨੂੰ ਅੰਜਾਮ ਦੇਣ ਦੇ ਲਈ ਉਹਨਾਂ ਨੇ ਡੇਢ ਮਹੀਨਾ ਪਹਿਲਾਂ ਕੋਰਾਲਾ ਦੇ ਵਿੱਚ ਕਿਰਾਏ ਕਮਰਾ ਕਿਰਾਏ ਤੇ ਲਿਆ ਸੀ ਤੇ ਆਟੋ ਰਿਕਸ਼ਾ ਦੇ ਰਾਹੀਂ ਬੰਦਰਾ ਸਥਿਤ ਸਦੀਕੀ ਦੇ ਘਰ ਅਤੇ ਦਫਤਰ 'ਚ ਪੂਰੀ ਤਰ੍ਹਾਂ ਨਜ਼ਰ ਰੱਖੀ ਸੀ। ਬੁੱਲਤ ਅਨੁਸਾਰ ਬਾਬਾ ਸਦੀਕੀ ਕਤਲਕਾਰ ਦੇ ਵਿੱਚ ਸ਼ਾਮਲ ਹੁਣ ਤੱਕ ਗੁਰਮੇਲ ਬਲਜੀਤ ਸਿੰਘ ਹਰਿਆਣਾ ਦਾ, ਧਰਮਰਾਜ ਕਸ਼ਪ ਉੱਤਰ ਪ੍ਰਦੇਸ਼ਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਤੀਜਾ ਮੁਲਜ਼ਮ ਸ਼ਿਵ ਕੁਮਾਰ ਗੋਤਮ ਉਹ ਫਰਾਰ ਚੱਲ ਰਿਹਾ ਪਰ ਹੁਣ ਗੋਤਮ ਵੀ ਅਜੇ ਫੜਿਆ ਨਹੀਂ ਗਿਆ ਪਰ ਪੁਲਤ ਮੁਤਾਬਕ ਉਸਨੂੰ ਆਖਰੀ ਵਾਰ ਪਨਵੇਲ ਨੇੜੇ ਦੇਖਿਆ ਗਿਆ ਸੀ ਸ਼ਿਵ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵਿੱਚ ਕਈ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਤੇ ਵਕ ਵਕ ਥਾਂ ਤੇ ਛਾਪੇਮਾਰੀ ਵੀ ਹੋ ਰਹੀ ਹੈ ਉਸ ਦੇ ਨਾਲ ਇੱਕ ਹੋਰ ਹੈਂਡਲਰ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਜਿਹੜੀ ਆ ਤਾਰਾ ਸੀ ਉਹ ਪੰਜਾਬ ਦੇ ਨਾਲ ਜੁੜੀਆਂ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੇ ਸ਼ਹਿਰ ਸ਼ੰਕਰ ਪਿੰਡ ਦਾ ਰਹਿਣ ਵਾਲਾ ਜਿਸ਼ਾਨ ਅਖਤਰ ਉਹ ਵੀ ਇਸ ਮਾਮਲੇ ਨਾਲ ਜੁੜਿਆ ਹੋਇਆ ਜਿਹੜਾ ਕਿ ਅਜੇ ਤੱਕ ਫਰਾਰ ਚੱਲ ਰਿਹਾ ਹੈ ਉਹ ਦੇ ਨਾਮ ਦੇ ਜੁੜਨ ਦੇ ਨਾਲ ਲਾਰਸ ਬਿਸ਼ਨੋਈ ਗੈਂਗ ਦਾ ਨਾਮ ਵੀ ਇਸ ਮਾਮਲੇ ਦੇ ਨਾਲ ਜੁੜ ਗਿਆ ਤੇ ਹੁਣ ਇਹ ਨਵੇਂ ਫੀਚਰਸ ਜੋ ਐਪ ਦੇ ਰਹੀ ਜਿਹੜਾ ਕਿ ਸਨੈਪਚੈਟ ਤੇ ਇੰਸਟਾਗ੍ਰam ਦੇ ਰਹੀ ਫੀਚਰ ਦੀ ਵਰਤੋਂ ਕੀਤੀ ਗਈ ਉਹ ਪਹਿਲਾਂ ਕਦੇ ਵੀ ਕਿਸੇ ਕਤਲ ਮਾਮਲੇ ਚ ਪੇਸ਼ ਨਹੀਂ ਹੋਈ